ਬਾਦਲ ਪਰਿਵਾਰ ਦੇ ਖਿਲਾਫ ਮੋਰਚਾ ਖੋਲ੍ਹਣ ਵਾਲੇ ਟਕਸਾਲੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਨਿੱਤ ਨਵਾਂ ਝਟਕਾ ਦੇ ਰਹੇ ਨੇ। ਹੁਣ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਵਿੱਚ ਟੱਕਰ ਦੇਣ ਵਾਲੇ ਸਾਬਕਾ ਫੌਜ ਮੁਖੀ ਨੇ ਸੁਖਬੀਰ ਦਾ ਸਾਥ ਛੱਡ ਕੇ ਹੁਣ ਟਕਸਾਲੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀਆਂ ਨਾਲ ਆਏ ਜਨਰਲ ਜੇ ਜੇ ਸਿੰਘ ਨੇ ਪਾਰਟੀ ਬਦਲਦੇ ਹੀ ਸੁਖਬੀਰ ਬਾਦਲ ਤੇ ਵੀ ਨਿਸ਼ਾਨੇ ਲਾਏ ਨੇ। ਅੱਜ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆ, ਉਹਦੇ ਵਾਸਤੇ ਅਤੇ ਪੰਜਾਬ ਦੀ ਆਮ ਜਨਤਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸਰਦਾਰ ਜੇ ਜੇ ਸਿੰਘ ਜੋ ਕਮਾਂਡਰ ਇਨ ਚੀਫ ਰਹੇ ਨੇ ਫੌਜਾਂ ਦੇ, ਉਹ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਆ। ਮੈਂ ਖੁੱਲ੍ਹੀ ਕਿਤਾਬ ਹਾਂ, ਜਦੋਂ ਮੈਂ ਅਸੈਂਬਲੀ ਇਲੈਕਸ਼ਨ ਲੜਿਆ ਸੀ ਪਟਿਆਲੇ ਤੋਂ, ਮੈਂ ਆਪਣਾ ਕਾਰਡ ਦਿੱਤਾ, ਸਾਰੇ ਕੈਂਡੀਡੇਟ ਕਾਰਡ ਦਿੰਦੇ, ਮੇਰੇ ਕਾਰਡ 'ਚ ਇੱਕ ਫਰਕ ਸੀਗਾ, ਮੈਂ ਲੋਕਾਂ ਨੇ ਦੇਖ ਲਓ 1,00,000 ਛਪਾਏ ਨੇ, ਉਹਦੇ 'ਚ ਇੱਕ ਚੀਜ਼ ਫਰਕ ਹੈ ਜਿਹੜੀ ਦੂਜਿਆਂ 'ਚ ਨਹੀਂ ਹੈ, ਜਾਂ ਦੇਖੋ ਹੁਣ ਲੱਭੀ ਨਾ, ਸੈਂਟਰ ਵਿੱਚ ਮੇਰਾ ਮੋਬਾਈਲ ਨੰਬਰ ਸੀ, ਆਹ ਮੋਬਾਈਲ ਹੁਣ ਵੀ ਮੇਰੇ ਕੋਲ ਹੈਗਾ। ਮੈਂ ਕਿਹਾ ਕਿਹੜਾ ਕੈਂਡੀਡੇਟ ਆਪਣਾ ਮੋਬਾਈਲ ਨੰਬਰ ਦਿੰਦਾ ਪਰਸਨਲ, ਜਿਹੜਾ ਮੇਰੇ ਕੋਲ ਹੈਗਾ। ਖੁੱਲ੍ਹੀ ਕਿਤਾਬ 24 ਘੰਟੇ ਅਵੇਲੇਬਲ, ਔਰ ਸਾਰੇ ਦਰਵਾਜ਼ੇ ਖੁੱਲ੍ਹੇ, ਨਾ ਕੋਈ ਪੈਰਾ ਨਾ ਕੁਛ, ਅਸੀਂ ਯਾਰ ਮਨ 'ਚ ਸੇਵਾ ਕਰਨ ਵਾਸਤੇ ਆਏ ਹਾਂ। ਅਤੇ ਜਦੋਂ ਕੋਨਸਟੀਟਿਊਸ਼ਨ ਬਣਦੀ ਹੈ, ਸਾਡੀ ਕੋਨਸਟੀਟਿਊਸ਼ਨ ਦੁਨੀਆ ਦੀ ਬੈਸਟ ਕੋਨਸਟੀਟਿਊਸ਼ਨ, ਸਾਡੀ ਦੇਸ਼, ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਸੀ ਹੈ। ਉਹ ਡੈਮੋਕ੍ਰੇਸੀ ਕੀ ਕਹਿੰਦੇ, ਪਹਿਲੇ ਪੇਜ 'ਤੇ ਲਿਖਿਆ ਹੋਇਆ, ਗਵਰਨਮੈਂਟ ਆਫ ਦਾ ਪੀਪਲ, ਫੋਰ ਦਾ ਪੀਪਲ, ਬਾਏ ਦਾ ਪੀਪਲ। ਦੋਸਤੋ, ਇਹ ਕਈ ਲੋਕ ਜਿਹੜੇ ਨੇ ਇਲੈਕਟ ਹੋਣ ਤੋਂ ਬਾਅਦ ਪੀਪਲ ਨੂੰ ਗਾਇਬ ਕਰਤਾ ਉੱਥੋਂ, ਫੋਰ ਮੀ, ਫੋਰ ਬਾਈ ਮੀ ਐਂਡ ਫੋਰ ਪੀਪਲ ਲਾਈਕ ਮੀ। ਉਹ ਯਾਰ, ਇਹ ਕੋਨਸਟੀਟਿਊਸ਼ਨ ਬਣਾਉਣ ਵਾਲੇ ਨੇ ਇੰਨੀ ਮਿਹਨਤ ਕੀਤੀ ਸੀ, ਰਾਜ ਨਹੀਂ ਕਰ, ਤੁਹਾਨੂੰ ਇਹ ਕਹਿੰਦੇ ਹੁਣ ਸਾਡਾ ਰਾਜ ਹੈ, ਫਿਰ ਤੁਹਾਡਾ ਹੋ ਜਾਊਗਾ, ਫਿਰ ਤੁਹਾਡਾ ਹੋ ਜਾਊਗਾ। ਭਾਈ, ਰਾਜ ਨਹੀਂ ਹੈ, ਸੇਵਾ ਕਰਨੀ ਤਾਂ ਕਰੋ, ਯੂ ਆਰ ਇਨ ਪਬਲਿਕ ਸਰਵਿਸ। ਅੰਗਰੇਜ਼ਾਂ ਨੇ ਬੜੀ ਅੱਛੀ ਤਰੀਕੇ ਨਾਲ ਡੈਮੋਕ੍ਰੇਸੀ ਸਮਝਾਈ ਹੈ। ਪਬਲਿਕ ਸਰਵਿਸ ਦਾ ਮਤਲਬ ਕੀ ਹੁੰਦਾ, ਲੋਕਾਂ ਦੀ ਨੌਕਰੀ, ਲੋਕਾਂ ਦੀ ਸੇਵਾ। ਇਹ ਕਹਿੰਦੇ ਜੀ ਅਸੀਂ ਪਬਲਿਕ ਰੂਲ, ਰਾਜ ਹੈਗਾ, ਇਹ ਗਲਤ ਹੈ। ਵੋਟ ਲੈ ਕੇ, ਵੋਟਾਂ ਤੋਂ ਬਾਅਦ ਉਹ ਸੋਚਦੇ ਨੇ ਹੁਣ ਸਾਡਾ ਰਾਜ ਹੈ। ਉਹਨਾਂ ਕੋਲੋਂ ਜੀ ਤੁਹਾਨੂੰ ਗੱਲ, ਤੁਹਾਡੇ ਨਾਲ ਗੱਲ ਕਰਨੀ, ਕਹਿੰਦੇ ਜੀ ਉਹ ਅਵੇਲੇਬਲ ਨਹੀਂ। ਉਹਨਾਂ ਦਾ PA ਹੈ, PA ਤੋਂ ਥੱਲੇ PA, ਤੀਜਾ PA ਤੇ PA, ਤੀਜਾ PA, ਉਹ ਕਿੱਥੇ ਜਾਓਗੇ ਯਾਰ ਤੁਸੀਂ, ਕਿਸ ਤਰ੍ਹਾਂ ਮਿਲੇਗਾ ਉਹ ਤੁਹਾਡਾ ਨੇਤਾ? ਜੇ ਨਹੀਂ ਮਿਲ ਸਕਦਾ ਫਿਰ ਉਹ ਸੇਵਾ ਨਹੀਂ ਕਰ ਰਿਹਾ, ਜੇ ਸੇਵਾ ਨਹੀਂ ਕਰ ਰਿਹਾ ਉਹਦਾ ਕੋਈ ਮਤਲਬ ਨਹੀਂ ਅਹੁਦੇ 'ਤੇ ਬੈਠਣ ਦਾ। ਅਤੇ ਅੱਜ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇਸ ਤਰ੍ਹਾਂ ਬਾਸਕਟਬਾਲ ਕਹਿੰਦੇ ਟਾਈਮ ਆਊਟ, ਮਤਲਬ ਤੁਹਾਡਾ ਸਮਾਂ ਖਤਮ ਹੋਣਾ ਹੈ, ਕੰਮ ਕਰਨਾ ਤਾਂ ਕਰੋ, ਨਹੀਂ ਤਾਂ ਮੈਦਾਨ ਛੱਡੋ, ਹੋਰ ਲੋਕਾਂ ਨੂੰ ਕੰਮ ਕਰਨ ਦਿਓ। ਆਹ ਗੱਲ ਹੈ, ਸਿੱਧੀ ਕਹਿ ਰਿਹਾ, ਮੌਕਾ ਦਿਓਗੇ ਮੇਰੇ ਦੋਸਤੋ, ਮੇਰੇ ਵੀਰੋ, ਮੇਰੀ ਭੈਣੋ, ਆਪਾਂ ਸੇਵਾ ਕਰਕੇ ਦਿਖਾਵਾਂਗੇ। ਔਰ ਮੈਂ ਜਿਹੜੇ ਵੱਡੇ ਆਗੂਆਂ ਨਾਲ ਹਾਂ, ਇਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ, ਇਹਨਾਂ ਨੇ ਇਸ ਵਾਸਤੇ ਛੱਡੀ ਆਪਣੀ ਆਪਣੀ ਪਾਰਟੀ, ਕਿਉਂਕਿ ਇਹ ਵੀ ਨਿਰਾਸ਼ ਹੋ ਗਏ, ਮੈਂ ਵੀ ਡਿਸੋਲਿਊਸ਼ਨ ਹੋ ਗਿਆ 2-3 ਮਹੀਨੇ ਪਹਿਲੇ, ਮੈਂ ਛੱਡ ਦਿੱਤਾ। ਮੈਂ ਕਿਹਾ ਯਾਰ ਇਹਨਾਂ ਦੀ ਕਰਤੂਤਾਂ ਨੂੰ ਦੇਖ ਕੇ, ਜਿਹੜੇ ਕੱਜੇ ਹੋਏ ਸੀ, ਛੁਪਾਏ ਹੋਏ ਸੀਗੇ ਕਾਲੇ ਕੰਮ, ਉਹ ਹੁਣ ਦੇਖ ਕੇ ਮੇਰਾ ਦਿਲ ਟੁੱਟ ਗਿਆ। ਮੈਂ ਕਿਹਾ ਇਹਨਾਂ ਨਾਲ ਨਹੀਂ ਰਹਿਣਾ, ਇਹਨਾਂ ਨੂੰ ਛੱਡੋ, ਆਪਾਂ ਆਪਣਾ ਰਸਤਾ ਨਾਪਾਂਗੇ, ਔਰ ਲੋਕਾਂ ਦੇ ਨਾਲ ਸੰਪਰਕ ਕਰਾਂਗੇ, ਔਰ ਉਹਨਾਂ ਦੀ ਸੇਵਾ ਕਰਾਂਗੇ। 16 ਆਨੇ 24 ਕੈਰਟ ਗੋਲਡ ਕੰਮ ਕਰਾਂਗੇ। ਆਹ ਮੁੱਦਾ ਹੈਗਾ,
ਔਰ ਇਹਨਾਂ ਨੇ ਜਿਹੜਾ ਤੁਹਾਨੂੰ ਮੈਨੂੰ ਮਾਨ ਦਿੱਤਾ ਜਨਰਲ ਸਾਹਿਬ ਆਓ ਤੁਹਾਨੂੰ ਮੌਕਾ ਦੇਵਾਂਗੇ ਮੈਂ ਜਿੱਥੇ ਵੀ ਹੁਕਮ ਪਾਰਟੀ ਦਾ ਹੋਏਗਾ ਇੱਕ ਡਿਸਿਪਲਿਨ ਸੋਲਜਰ ਦੇ ਵਾਕਨ ਕੰਮ ਕਰਕੇ ਦਿਖਾਵਾਂਗਾ ਹੋਰ ਦੱਸਣਾ ਚਾਹੁੰਦਾ ਮੇਰੇ ਨਾਲ ਜੋ ਕੁਛ ਵੀ ਹੋਇਆ ਤੁਸੀਂ ਜ਼ਿਆਦਾ ਜਾਣਦੇ ਹੋ ਪੰਜਾਬ ਜੋ ਕੁਛ ਪਟਿਆਲੇ 'ਚ ਹੋਇਆ ਇਹ ਸੀਕਰੇਟ ਨਹੀਂ ਹੈਗਾ ਪੂਰਲੀ ਕੈਪਟ ਸੀਕਰੇਟ ਮੋਸਟ ਪੂਰਲੀ ਕੈਪਟ ਸੀਕਰੇਟ ਜਿਹੜਾ ਕਹਿ ਸਕਦੇ ਹੋ ਇਹਨਾਂ ਨੇ ਆਪੇ 'ਚ ਮਿਲੀਭਗਤ ਕੀਤੀ ਹੋਈ ਸੀ ਔਰ ਕਿਹਾ ਜੀ ਫਿਕਰ ਨਾ ਕਰੋ ਅਸੀਂ ਕੁਰਬਾਨ ਜਨਰਲ ਸਾਹਿਬ ਹੋ ਗਏ ਤਾਂ ਕੋਈ ਗੱਲ ਨਹੀਂ ਅਸੀਂ ਹੋਰ ਵੀ ਕਈ ਕੁਰਬਾਨ ਕਰਨੇ ਤੁਹਾਨੂੰ ਜਿਤਾਵਾਂਗੇ ਸਾਨੂੰ ਤੁਹਾਡਾ ਖਿਆਲ ਰੱਖਿਓ ਅਸੀਂ ਤੁਹਾਡਾ ਖਿਆਲ ਰੱਖਿਆ ਇਹ ਚੀਜ਼ ਚੱਲ ਰਹੀ ਹੈ ਉਹ ਸੋਚਦੇ ਨੇ ਲੋਕਾਂ ਨੂੰ ਉੱਲੂ ਬਣਾ ਸਕਦੇ ਮੈਂ ਸੋਚਿਆ ਬਾਈ ਮੈਂ ਕਿੱਥੇ ਫਸ ਗਿਆ ਇਹਨਾਂ ਨੇ ਕਿਹਾ ਸਭ ਤੋਂ ਵੱਡਾ ਸਿੱਖ ਜਰਨੈਲ ਜਿਹੜਾ ਪਹਿਲਾ ਸਿੱਖ ਚੀਫ ਸਿੱਖਾਂ ਦੀ ਸ਼ਾਨ ਕੌਮ ਦੀ ਸ਼ਾਨ ਔਰ ਮੈਨੂੰ ਗੋਬਿੰਦਗੜ੍ਹ ਫੋਰਟ 'ਤੇ ਬੁਲਾਇਆ ਉੱਥੇ ਬਹੁਤ ਮਾਣ ਦੇ ਨਾਲ ਸਰੋਪਾ ਦਿੱਤਾ ਔਰ ਕਿਹਾ ਜੀ ਤੁਸੀਂ ਸਿੱਖ ਬੜੇ ਸਿੱਖ ਵੱਡੇ ਸਿੱਖ ਜਰਨੈਲ ਹੋ ਉੱਥੇ ਛੱਪੜ ਸ਼੍ਰੀ ਦਾ ਹੋਇਆ ਸੀ ਬੰਦਾ ਸਿੰਘ ਬਹਾਦੁਰ ਦਾ ਮੈਮੋਰੀਅਲ ਉਦਘਾਟਨ ਉੱਥੇ ਵੀ ਬੁਲਾਇਆ ਸੀ ਆਪਾਂ ਪਹੁੰਚ ਗਏ ਮੈਂ ਕਿਹਾ ਯਾਰ ਬੰਦਾ ਸਿੰਘ ਬਹਾਦੁਰ ਦੀ ਕੁਰਬਾਨੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੈਂ ਜਾਵਾਂਗਾ ਫਿਰ ਕਹਿੰਦੇ ਜੀ ਸਭ ਤੋਂ ਵੱਡਾ ਅਸੀਂ ਇਕੱਠ ਕਰ ਰਹੇ ਹਾਂ ਅੰਮ੍ਰਿਤਸਰ ਦੇ ਕੋਲ 50,000 ਐਕਸਰਵਿਸ ਮੈਂ ਆ ਰਹੇ ਜਨਰਲ ਸਾਹਿਬ ਤੁਸੀਂ ਆਓ ਉੱਥੇ ਵੀ ਮੈਨੂੰ ਸਟੇਜ 'ਤੇ ਬਿਠਾ ਦਿੱਤਾ ਨਾਲ ਬਹਾਦੁਰ ਸਾਹਿਬ ਨੇ ਔਰ ਮੈਨੂੰ ਕਹਿੰਦੇ ਤੁਸੀਂ ਤਕਰੀਰ ਵੀ ਕਰੋ ਮੈਂ ਤਕਰੀਰ ਵੀ ਕੀਤੀ ਔਰ ਇੰਨਾ ਮਾਨ ਦੇਣ ਤੋਂ ਬਾਅਦ ਮੈਂ ਮਨ ਸੋਚਿਆ ਬਈ ਜੇ ਮੈਂ ਸਿਆਸਤ 'ਚ ਆਉਣਾ ਇਹੀ ਪਾਰਟੀ ਨਾਲ ਆਊਂਗਾ ਅਕਾਲੀ ਦਲ ਪਰ ਮੈਨੂੰ ਨਹੀਂ ਪਤਾ ਸੀ ਇਹ ਰਸਤਾ ਗੁੰਮ ਗਏ ਇਹ ਗੁਆਚੀ ਹੈ ਇਹਨਾਂ ਦਾ ਹੋਰ ਹੀ ਮਕਸਦ ਬਣ ਗਿਆ ਜਿਹੜੀ ਕੌਨਸਟੀਟਿਊਸ਼ਨ ਸੰਵਿਧਾਨ ਨਾਲ ਅਕਾਲੀ ਦਲ ਬਣਿਆ 1920 'ਚ ਉਹ ਮੈਂ ਪੜ੍ਹਦਾ ਅਤੇ ਮੈਨੂੰ ਰੋਣਾ ਆਉਂਦਾ ਹੈ ਯਾਰ ਇੰਨੀ ਸੋਹਣੀ ਬਣੀ ਕੌਨਸਟੀਟਿਊਸ਼ਨ ਸਾਡੇ ਸਿੱਖ ਔਰ ਪੰਜਾਬੀਆਂ ਦਾ ਕਲਚਰ ਸਾਡੀ ਵਿਰਾਸਤ ਉਹਨੂੰ ਸੰਭਾਲਣ ਵਾਸਤੇ ਸਾਡੀ ਕੌਮ ਦੇ ਵਾਸਤੇ ਸਾਡੀ ਰਿਲੀਜਨ ਵਾਸਤੇ ਇਹ ਸੇਫਗਾਰਡ ਕਰਨਗੇ ਉਹਨੂੰ ਹਿਫਾਜ਼ਤ ਦੇਣਗੇ ਪਰ ਇਹਨਾਂ ਦਾ ਰਸਤਾ ਹੀ ਹੋਰ ਲੱਭ ਲਿਆ ਉਹ ਇੱਕ ਮਿੰਟ ਜੀ ਖਤਮ ਕਰਨ ਦਿਓ ਪਲੀਜ਼ ਮਿਹਰਬਾਨੀ ਕਰਕੇ ਅੱਛਾ ਮੈਂ ਕਿਹਾ ਠੀਕ ਹੈ ਉਹ ਬਾਅਦ 'ਚ ਪਤਾ ਲੱਗਿਆ ਮੈਂ ਕਿਹਾ ਜੀ ਪਟਿਆਲੇ ਤੋਂ ਲੜਾਂਗਾ ਲੜੋ ਪਟਿਆਲ ਉਹ ਕਹਿੰਦੇ ਜੀ ਵੱਡੀ ਤੋਪ ਲੈ ਕੇ ਅਸੀਂ ਆ ਰਹੇ ਹਾਂ ਬਿਲਕੁਲ ਕੋਸ਼ਿਸ਼ ਕੀਤਾ ਗਿਆ ਜੀ ਹੈੱਡਕੁਆਟਰ 'ਚ ਵੱਡੀ ਤੋਪ ਉਤਾਰ ਰਹੇ ਹਾਂ ਕੈਪਟਨ ਅਮਰਿੰਦਰ ਨਾਲ ਅੱਜੀ ਉਹਦੇ ਬਾਅਦ ਕਹਿੰਦੇ ਅਮਰਿੰਦਰ ਨੂੰ ਕਹਿੰਦਾ ਮੈਂ ਇੱਥੋਂ ਜਰਨੈਲ ਸਾਹਿਬ ਨੂੰ ਕੁੱਟਾਂਗਾ ਔਰ ਲੰਬੀ ਜਾ ਕੇ ਬਾਬੇ ਨੂੰ ਕੁੱਟਾਂਗਾ ਮੇਰੇ ਨਾਲ ਤਾਂ ਜੋ ਹੋਇਆ ਸੋ ਹੋਇਆ ਉਹ ਬਗਾਵਤ ਕਹਿ ਦਿਓ ਸਬਟਾਜ ਕਹਿ ਦਿਓ ਮੈਂ ਕਿਹਾ ਭਾਈ ਮੈਨੂੰ 12,000 ਵੋਟ ਮਿਲੀਆਂ ਨੇ ਇਸ ਮਾਹੌਲ ਦੇ ਵਿੱਚ ਜਿੱਥੇ ਮਿਲੀਭਗਤ ਚੱਲ ਰਹੀ ਹੈ ਅਨਹੋਲੀ ਨੈਕਸਸ ਇੰਗਲਿਸ਼ ਕਹਿੰਦੇ ਅਨਹੋਲੀ ਨੈਕਸਸ ਇਹਨਾਂ ਆਪਸ ਵਿੱਚ ਕੀਤਾ ਮੈਂ ਕਿਹਾ ਪਰ 12,000 ਪਟਿਆਲਵੀ ਨੇ ਮੈਨੂੰ ਵੋਟ ਦਿੱਤੀ ਮੈਂ ਸਮਝਦਾ ਪੜ੍ਹੇ ਲਿਖੇ ਲੋਕ ਨੇ ਪ੍ਰੋਫੈਸਰ ਨੇ ਐਜੂਕੇਟਡ ਲਾਇਰ ਨੇ ਫਲਾਣੇ ਫਲਾਣੇ ਉਹ ਮੇਰੇ ਆਪਣੀ ਕਾਬਲੀਅਤ ਆਏ ਜਿਹੜੇ ਅਕਾਲੀਆਂ ਦੇ 20-25,000 ਵੋਟ ਸੀ ਉਹ ਕਿੱਥੇ ਗਏ ਬਾਈ ਮੈਨੂੰ ਤਾਂ ਬਿਲਕੁਲ ਸਦਮਾ ਪੈ ਪਹੁੰਚ ਗਿਆ ਠੀਕ ਹੈ ਸ਼ੇਰ ਦਾ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਹਾਂ ਮੈਂ ਕਿਹਾ ਸਬਕ ਸਿੱਖ ਲਿਆ ਹੁਣ ਅੱਗੇ ਆਓ ਹੁਣ ਟਾਈਮ ਸਾਡਾ ਆ ਗਿਆ ਹੁਣ ਅਸੀਂ ਸਬਕ ਸਿਖਾਵਾਂਗੇ ਇਹਨਾਂ ਨੂੰ ਔਰ ਸਾਰੇ ਮਿਲ ਕੇ ਕਰਾਂਗੇ ਔਰ ਲੋਕ ਸਿਖਾਉਣਗੇ ਜੀ ਮੈਂ ਤਾਂ ਕੌਣ ਹੁੰਦਾ ਛੋਟਾ ਜਿਹਾ ਬੰਦਾ ਪਰ ਲੋਕਾਂ ਨੇ ਜਿਹੜਾ ਸਬਕ ਸਿਖਾਉਣਾ ਉਹ ਕਦੀ ਭੁੱਲਣਗੇ ਨਹੀਂ ਗੱਲ ਬੜੀ ਸਿੰਪਲ ਹੈ ਇਹਨਾਂ ਨੇ ਇਹ ਸਾਡੇ ਇਤਿਹਾਸ ਵਿੱਚ ਵੀ ਹੈਗਾ
ਤੁਸੀਂ ਜਾਣਦੇ ਹੋ ਜਦੋਂ ਐਂਗਲੋ ਸਿੱਖ ਵਾਰ ਹੋਏ ਸੀਗੇ, ਦੋ ਜਰਨੈਲ ਸੀਗੇ, ਲੀਡਰ ਸੀ ਆਗੂ ਲਾਲ ਸਿੰਘ ਔਰ ਤੇਜ ਸਿੰਘ, ਉਹਨਾਂ ਨੇ ਸਿੱਖ ਆਰਮੀ ਨੂੰ ਹਰਾਉਣ 'ਚ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਮੈਨੂੰ ਹਰਾਉਣ ਵਾਸਤੇ ਇੰਨਾ ਉੱਤੇ ਚੜਾਇਆ ਔਰ ਦੋ ਮਿੰਟਾਂ ਮੈਨੂੰ ਇੱਜ਼ਤ ਨੂੰ, ਮੇਰੇ ਓਨਰ ਨੂੰ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਮੇਰੇ ਗੋਡੇ ਕੰਬਦੇ ਨਹੀਂ। ਮੈਂ ਕਿਸ ਚੀਜ਼ ਦਾ ਬਣਿਆ, ਮੈਨੂੰ ਕਿੱਥੋਂ ਸ਼ਕਤੀ ਮਿਲਦੀ ਹੈ, ਮੈਂ ਕਿਹਾ ਦਿਖਾਵਾਂਗੇ। ਮੈਂ ਪਟਿਆਲੇ ਦਾ ਗੇੜਾ ਸਾਈਕਲ 'ਤੇ ਮਾਰਿਆ 15 ਕਿਲੋਮੀਟਰ, ਮੇਰੀ ਵੋਟੀ ਵੀ ਨਾਲ, ਆਸਾਨ ਨਹੀਂ ਹੈ, ਕਰਕੇ ਦੇਖੋ। ਫਲਾਈਓਵਰ 'ਤੇ ਚੜ੍ਹੋ ਨਾ, ਫਿਰ ਲੱਗਦਾ ਪਤਾ ਨਹੀਂ ਟ੍ਰੈਡਮਿਲ ਕਿਹਨੇ ਕੀਤੇ। ਆਪਾਂ ਕੀਤਾ, ਕਿਉਂ ਕੀਤਾ? ਲੋਕਾਂ ਨੂੰ ਦੱਸਣ ਵਾਸਤੇ। ਤੁਹਾਡੇ ਕੋਲ ਭਾਈ ਇੱਕ ਬੰਦਾ ਆਇਆ ਸੇਵਾ ਕਰਨ ਵਾਸਤੇ, ਉਹਦੇ ਕੋਲ ਜਿਗਰਾ ਵੀ ਹੈਗਾ, ਹਿੰਮਤ ਵੀ ਹੈਗੀ, ਫਿਟਨੈਸ ਵੀ ਹੈਗੀ, ਮੌਕਾ ਦਿਓ, ਨਹੀਂ ਤਾਂ ਹੁਣ ਪਟਿਆਲੇ ਜਾਣਾ। ਮੈਂ ਕਿਹਾ ਖੁਸ਼ ਹੋ ਕਿਉਂ? ਮੈਂ ਕਿਹਾ ਜਿਸ ਬੰਦੇ ਨੂੰ ਮੈਂ ਤੁਹਾਨੂੰ ਕਿਹਾ ਸੀ, ਅਗਰ ਤੁਸੀਂ ਮੁੰਡੇ ਦਾ ਵਿਆਹ ਕਰਦੇ ਹੋ, 3 ਕੁੜੀਆਂ ਦਾ ਘਰ ਦੇਖਦੇ ਹੋ, ਜਿਹੜੀ ਅੱਛੀ ਹੈ, ਜਿਹੜੀ ਕਾਬਿਲ ਹੈ ਉਹਨੂੰ ਲੈਂਦੇ ਹੋ, ਕੁੜੀ ਦਾ ਵਿਆਹ ਕਰਾਉਣਾ 3-4 ਮੁੰਡੇ ਦੇਖਦੇ ਹੋ। ਇਹ ਤੁਹਾਡਾ ਬੱਚਿਆਂ ਦਾ ਭਵਿੱਖ ਹੈ, ਪੰਜਾਬ ਦਾ ਭਵਿੱਖ ਹੈ। 5 ਸਾਲ ਤੁਸੀਂ ਕਿਸੇ ਦੇ ਹੱਥ ਦੇ ਰਹੇ ਹੋ ਸੋਚੇ ਸਮਝੇ ਬਗੈਰ, ਅੱਖਾਂ ਬੰਦ ਕਰਕੇ। ਮੈਂ ਕਿਹਾ ਬਈ ਪਟਿਆਲੇ 'ਚ ਮੇਰਾ ਅਤੇ ਉੱਲੂ ਬਣਾਇਆ, ਮੈਨੂੰ ਕੋਈ ਮਤਲਬ ਇਹ ਨਹੀਂ ਫੀਲਿੰਗ ਕਿ ਮੈਂ ਉੱਲੂ ਨਹੀਂ ਬਣਿਆ। ਬਣਾਇਆ ਇਹਨਾਂ ਨੇ, ਧੋਖਾ ਦਿੱਤਾ। ਪਰ ਤੁਸੀਂ ਲੋਕਾਂ ਨੂੰ 70 ਸਾਲ ਤੁਹਾਨੂੰ ਮਹਾਂਮੂਰਖ ਬਣਾਇਆ, ਕਮਾਲ ਕਰਦੇ ਹੋ ਜਾਂ ਤੁਹਾਡਾ ਰਿਕਾਰਡ ਬਣ ਗਿਆ। ਹੋਰ 30 ਸਾਲ ਕਰਨ ਦਿਓ ਅਤੇ ਉਹ ਸੈਂਚੁਰੀ ਬਣਾਉਣਗੇ, ਔਰ ਜੇ ਸੈਂਚੁਰੀ ਬਣ ਗਈ ਤਾਂ ਉਹਨਾਂ ਦੇ ਪੁੱਤਰ ਪੋਤਰੀਆਂ ਸਾਰੇ ਡਬਲ ਸੈਂਚੁਰੀ ਬਣਾਉਣਗੇ। ਸੈਕਿੰਡ ਸੈਂਚੁਰੀ ਆਸਾਨੀ ਨਾਲ ਬਣਦੀ ਹੈ, ਜਿਹੜਾ ਕ੍ਰਿਕਟ ਖੇਡਦਾ ਉਹਨੂੰ ਪਤਾ ਹੈ। ਅਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੈ। ਸਾਡੇ ਦੇਸ਼ 'ਚ ਤਾਕਤ ਹੈ, ਸਾਡੀ ਕੌਮ 'ਚ ਤਾਕਤ ਹੈ, ਅਸੀਂ ਕਦੀ ਹੱਥ ਖੜ੍ਹੇ ਕਰਦੇ, ਲੜਾਂਗੇ। ਪਰ ਮੇਰੇ ਦਾਦਾ ਜੀ 1st World War 'ਚ ਜ਼ਖਮੀ ਹੋਏ, ਇਰਾਕ ਵਿੱਚ ਗਏ ਸੀਗੇ, ਪੰਜਾਬ ਰੈਜੀਮੈਂਟ 'ਚ ਸਿਪਾਹੀ ਸੀਗੇ, ਮੈਂ ਉਹਦਾ ਪੋਤਾ। ਉਹਨੇ ਥਾਪੜੀ ਮਾਰੀ, ਮੈਂ ਕਿਹਾ ਸਿਪਾਹੀ ਦਾ ਬੇਟਾ ਕਰਨਲ ਔਰ ਕਰਨਲ ਦਾ ਬੇਟਾ ਜਨਰਲ ਬਣੇਗਾ, ਭਵਿੱਖਬਾਣੀ ਹੋ ਗਈ, ਰੱਬ ਨੇ ਮੰਨ ਲਿਆ, ਮੈਂ ਜਨਰਲ ਬਣ ਗਿਆ।